ਵੈਲਕਮ ਟੂ ਦਿਸ ਵੈਬਕਾਸਟ। ਅੱਜ ਗੱਲ ਕਰਨ ਵਾਲਾ ਜੀ ਟਰੱਕ ਡਰਾਈਵਰਸ ਬਾਰੇ। ਸਾਡੇ ਬਹੁਤ ਸਾਰੇ ਭਾਈ ਭੈਣ ਕੈਨੇਡਾ ਆਉਂਦੇ ਨੇ, ਆ ਕੇ ਇੱਥੇ ਟਰੱਕ ਦਾ ਲਾਇਸੈਂਸ ਲੈਂਦੇ ਨੇ, AZ ਲਾਇਸੈਂਸ ਲੈਂਦੇ ਨੇ, ਐਂਡ ਉਸ ਤੋਂ ਬਾਅਦ ਇੱਥੇ ਆਪਣਾ ਸਟੈਟਸ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਟਾਈਮ 'ਤੇ ਪਬਲਿਕ ਪੋਲਿਸੀ ਚੱਲ ਰਹੀ ਹੈ ਜਿਹਦੇ ਤਹਿਤ ਤੁਸੀਂ ਆਪਣਾ ਸਟੈਟਸ ਚੇਂਜ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਕੈਨੇਡੀਅਨ ਇੰਪਲੋਇਰ ਮਿਲ ਜਾਂਦਾ ਜਿਹੜਾ ਤੁਹਾਨੂੰ LMIA ਜੋਬ ਆਫਰ ਦਿੰਦਾ ਹੈਗਾ। ਸੋ ICC ਇਮੀਗ੍ਰੇਸ਼ਨ ਦੇ ਕੋਲ ਇਹੋ ਜਿਹੇ ਕੰਸਲਟ ਇਹੋ ਜਿਹੀ ਕੰਪਨੀਜ਼ ਹੈਗੀਆਂ ਜਿਹੜੀਆਂ ਇਸ ਟਾਈਮ 'ਤੇ ਟਰੱਕ ਡਰਾਈਵਰਸ ਲੱਭ ਰਹੀਆਂ ਹੈਗੀਆਂ। ਦੇ ਵਾਂਟ ਟਰੱਕ ਡਰਾਈਵਰਸ। ਕੈਨੇਡਾ ਦੇ ਵਿੱਚ ਇਸ ਟਾਈਮ ਇਸ ਦੌਰ 'ਤੇ ਨਿਕਲ ਰਿਹਾ ਕੈਨੇਡਾ ਜਿੱਥੇ ਕਿਸ ਕੰਪਨੀ ਦੇ ਕੋਲ ਟਰੱਕਿੰਗ ਦੇ ਵਿੱਚ ਕੰਮ ਹੈਗਾ, ਬਹੁਤ ਜ਼ਿਆਦਾ ਕੰਮ ਹੈਗਾ, ਜਿਹਦੇ ਕੋਲ ਨਹੀਂ ਹੈਗਾ ਬਹੁਤ ਕੰਮ ਹੈ, ਕੰਮ ਦੇ ਵਿੱਚ ਬੜੀ ਬੁਰੀ ਹਾਲ ਹੈਗੇ ਨੇ। ਸੋ ਸਾਡੇ ਕੋਲ ਇਹੋ ਜਿਹੇ ਇੰਪਲੋਇਰਸ ਹੈਗੇ ਨੇ ਜਿਹੜੇ ਇਸ ਟਾਈਮ 'ਤੇ ਹੂ ਆਰ ਐਕਟਿਵਲੀ ਲੁਕਿੰਗ ਫੋਰ ਟਰੱਕ ਡਰਾਈਵਰਸ। ਐਂਡ ਜੇ ਤੁਹਾਡੇ ਕੋਲ AZ ਲਾਇਸੈਂਸ ਹੈਗਾ, ਆਪਣਾ ਡਰਾਈਵਿੰਗ ਐਬਸਟ੍ਰੈਕਟ, ਆਪਣਾ ਰੈਜ਼ੂਮੇ, ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰ ਦਿਓ, ਪਾਸਪੋਰਟ ਦੀ ਕਾਪੀ ਸ਼ੇਅਰ ਕਰ ਦਿਓ, ਅਸੀਂ ਤੁਹਾਡੀ ਇੰਟਰਵਿਊ ਕਰਵਾਵਾਂਗੇ। ਈਵਨ ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੈਗੇ ਹੋ ਜਿਹਦਾ ਕੁਛ ਕੁ ਮਹੀਨਿਆਂ ਦੇ ਵਿੱਚ ਜਿਹਨਾਂ ਦਾ ਵਰਕ ਪਰਮਿਟ ਖਤਮ ਹੋਣ ਜਾ ਰਿਹਾ, ਅਤੇ ਤਾਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਐਂਡ ਇੱਕ ਚੀਜ਼ ਹੋਰ ਹੈਗੀ ਹੈ, ਜੇ ਤੁਸੀਂ ਗ੍ਰੇਡ 12 ਕਰਕੇ ਇੰਟਰਨੈਸ਼ਨਲ ਸਟੂਡੈਂਟ ਆਏ ਸੀਗੇ, ਇੱਥੇ ਟਰੱਕ ਚਲਾਉਂਦੇ ਪਏ ਹੋ, 50 ਪੁਆਇੰਟ ਦੇ ਨਾਲ ਤੁਸੀਂ 430 ਦੇ ਨਾਲ ਆਰਾਮ ਨਾਲ ਕੁਆਲੀਫਾਈ ਕਰ ਸਕਦੇ ਹੋ। ਬਿਕੋਜ਼ 430 ਦਾ ਸਕੋਰ ਮੈਂ ਕਿਉਂ ਕਿਹਾ, ਬਿਕੋਜ਼ ਲਾਸਟ ਜਿਹੜਾ ਡਰਾਅ ਟਰੱਕ ਡਰਾਈਵਰਸ ਦਾ ਹੋਇਆ ਉਹ 430 ਦੇ ਸਕੋਰ ਦੇ ਉੱਤੇ ਹੋਇਆ। ਸੋ ਟਰੱਕ ਡਰਾਈਵਰਸ, ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, LMIA ਦੇ ਬਾਰੇ ਗੱਲਬਾਤ ਕਰਨਾ ਚਾਹੁੰਦੇ ਹੋ, ਜੋਬ ਕਰਨਾ ਚਾਹੁੰਦੇ ਹੋ, ਤਾਂ ICC ਇਮੀਗ੍ਰੇਸ਼ਨ ਨਾਲ ਕੰਟੈਕਟ ਕਰ ਸਕਦੇ ਹੋ, ਐਂਡ ਵੀ ਵਿਲ ਅਸਿਸਟ ਯੂ ਐਂਡ ਗਾਈਡ ਯੂ। ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰੋ, ਤੁਹਾਡੀ ਇੰਟਰਵਿਊ ਹੋਏਗੀ, ਐਂਡ ਤੁਸੀਂ ਉਸ ਕੰਪਨੀ ਨਾਲ ਜਾ ਕੇ ਕੰਮ ਸ਼ੁਰੂ ਕਰ ਸਕਦੇ ਹੋ। ਸੋ ਬੈਸਟ ਵਿਸ਼ਿਜ਼ ਟੂ ਆਲ ਦਾ ਟਰੱਕ ਡਰਾਈਵਰਸ। ਐਂਡ ਇਨਫੋਰਮੇਸ਼ਨ ਲੈਣ ਵਾਸਤੇ ਸਾਨੂੰ 905-461-2424 ਜਾਂ 647-850-9000 'ਤੇ ਕੰਟੈਕਟ ਕਰ ਸਕਦੇ।